ਰੂਸ ਵਿੱਚ ਚੱਲ ਰਹੀਆਂ 10ਵੀਂ ਪੈਸਿਫਿਕ ਯੂਥ ਜੂਡੋ ਗੇਮਸ 'ਚ ਗੁਰਦਾਸਪੁਰ ਦੇ 15 ਸਾਲ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਨੀ ਨੇ 66 ਕਿਲੋ ਭਾਰ ਵਰਗ 'ਚ ਗੋਲਡ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਜੂਡੋ ਖਿਡਾਰੀ ਮਹੇਸ਼ ਇੰਦਰ ਸੈਨੀ ਦਾ ਜੂਡੋ ਸੈਂਟਰ ਗੁਰਦਾਸਪੁਰ ਵਿੱਚ ਪਹੁੰਚਣ 'ਤੇ ਕੋਚ ਅਮਰਜੀਤ ਸ਼ਾਸਤਰੀ ਅਤੇ ਸੀਨੀਅਰ ਖਿਡਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬ ਤੋਂ ਪਹਿਲਾ ਬੰਦਾ ਗਿਆ ਜੋ ਰਸ਼ੀਆ ਜਿੱਥੇ ਹਨ ਕੰਪੀਟੀਸ਼ਨ 10th ਏਸ਼ੀਅਨ ਪੈਸੀਫਿਕ ਗੇਮਸ, ਉੱਥੇ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਸੀ ਜਿਹਦੇ ਵਿੱਚ ਮੈਂ ਗੋਲਡ ਮੈਡਲ ਲੈ ਕੇ ਆਇਆ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪਰ ਸਾਡੇ ਇੱਥੇ ਸੈਂਟਰ ਫੈਸਿਲਿਟੀ ਬਹੁਤ ਘੱਟ ਹੈ ਜਿਸ ਕਰਕੇ ਕਿ ਅੱਗੇ ਵੀ ਬੱਚੇ ਨਹੀਂ ਜਾ ਪਾ ਰਹੇ, ਅਤੇ ਮੈਂ ਆਸ਼ਾ ਕਰਾਂਗਾ ਕਿ ਇੱਥੇ ਸਾਨੂੰ ਫੈਸਿਲਿਟੀ ਹੋਰ ਜ਼ਿਆਦਾ ਮਿਲੇ ਅਤੇ ਆਪਾਂ ਹੋਰ ਮੈਡਲ ਲੈ ਕੇ ਅਤੇ ਪੰਜਾਬ ਦੀ ਝੋਲੀ 'ਚ ਪਾ ਸਕੀਏ, ਆਪਣੇ ਸੈਂਟਰ ਦਾ ਨਾਂ ਰੋਸ਼ਨ ਕਰ ਸਕੀਏ। ਸਰ, ਮੇਰਾ ਪਹਿਲਾ ਕੰਪੀਟੀਸ਼ਨ ਸੀ ਆਇਰਲੈਂਡ ਨਾਲ, ਦੂਸਰਾ ਕੰਪੀਟੀਸ਼ਨ ਸੀ ਰਸ਼ੀਆ ਨਾਲ, ਤੀਸਰਾ ਕੋਰੀਆ ਨਾਲ। ਸਿੱਖਣ ਨੂੰ ਬਹੁਤ ਕੁਛ ਮਿਲਿਆ ਇੱਥੇ ਸਰ, ਜੋ ਉੱਥੋਂ ਮੈਂ ਸਿੱਖ ਆਇਆ ਹੁਣ ਮੈਂ ਇੱਥੇ ਦੁਹਰਾਵਾਂਗਾ ਉਹਨੂੰ ਅਤੇ ਨਾਲ ਬੱਚਿਆਂ ਨੂੰ ਵੀ ਦੱਸਾਂਗਾ ਕਿ ਇੱਥੇ ਕਿੱਦਾਂ ਖੇਡਣਾ। ਗੁਰਦਾਸਪੁਰ ਦੇ ਜੂਡੋ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਇੱਕ ਪੰਨਾ ਹੋਰ ਜੁੜਿਆ ਹੈ ਜਿਹੜਾ ਕਿ ਮਹੇਸ਼ ਇੰਦਰ ਸੈਣੀ 10ਵੀਂ ਏਸ਼ੀਅਨ ਪੈਸੀਫਿਕ ਯੂਥ ਗੇਮਸ ਜਿਹੜੀਆਂ ਬਰੈਡੀ ਬਸਕੀ ਰੂਸ ਦੇ ਵਿੱਚ ਹੋਈਆਂ ਨੇ 3 ਤਰੀਕ ਤੋਂ ਲੈ ਕੇ 9 ਤਰੀਕ ਤੱਕ। ਉਹਦੇ ਵਿੱਚ ਮਹੇਸ਼ ਇੰਦਰ ਸੈਣੀ ਨੇ ਗੋਲਡ ਮੈਡਲ ਜਿੱਤਿਆ। ਇਹ ਮੈਡਲ ਸਾਡੇ ਲਈ ਬਹੁਤ ਵੱਡਾ ਅਹਿਮੀਅਤ ਰੱਖਦਾ ਸੀ ਕਿਉਂਕਿ ਉਹ ਮੈਡਲ ਉਦੋਂ ਜਿੱਤਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਖਰੇ ਅਤੇ ਜੂਡੋ ਫੈਡਰੇਸ਼ਨ ਆਫ ਏਸ਼ੀਆ ਦੇ ਪ੍ਰੈਜੀਡੈਂਟ ਜਿਹੜੇ ਆ ਜਾਮਾ ਸ਼ੀਤਾ, ਉਹਨਾਂ ਦੇ ਸਾਹਮਣੇ ਇਹਨਾਂ ਨੇ ਮੈਡਲ ਜਿੱਤਿਆ। ਅਤੇ ਇਹ ਜਦੋਂ ਮੈਡਲ ਮਿਲਿਆ ਤਾਂ ਇਹਦੇ ਨਾਲ ਇਕੱਲੀ ਗੁਰਦਾਸਪੁਰ ਦੀ ਜੂਡੋ ਉੱਪਰ ਨਹੀਂ ਆਈ ਬਲਕਿ ਕਿ ਸਮੁੱਚੇ ਹਿੰਦੁਸਤਾਨ ਦੀ ਜੂਡੋ ਨੂੰ ਜਿਹੜੇ ਆ 4 ਚੰਨ ਲਾਏ ਨੇ। ਮਹੇਸ਼ ਇੰਦਰ ਸੈਣੀ ਨੇ ਦੱਸਿਆ ਕਿ ਗੋਲਡ ਮੈਡਲ ਕੋਚਾਂ ਵੱਲੋਂ ਕਰਵਾਈ ਗਈ ਮਿਹਨਤ ਦਾ ਨਤੀਜਾ ਹੈ ਜਿਸ ਕਾਰਨ ਉਹ ਗੋਲਡ ਮੈਡਲ ਜਿੱਤ ਸਕਿਆ ਅਤੇ ਹੁਣ ਉਸਦਾ ਮਕਸਦ ਹੋਰ ਸਖ਼ਤ ਮਿਹਨਤ ਕਰਕੇ 2024 ਵਿੱਚ ਹੋਣ ਵਾਲੀ ਕਾਮਨਵੈਲਥ ਏਸ਼ੀਅਨ ਜੂਡੋ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਟੈਲੀਪੋਸਟ ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ।